ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਲੱਕ, ਕਿਸਮਤ, ਭਾਗ, ਕਿਸ ਤਰ੍ਹਾਂ ਅਸੀਂ ਉਸ ਨੂੰ ਚਮਕਾ ਸਕਦੇ ਹਾਂ ਕਿ ਇਹ ਸਾਡੇ ਹੱਥ ਵਿੱਚ ਹੈ। ਹਾਂਜੀ, ਸਾਡੇ ਹੱਥ ਵਿੱਚ ਹੀ ਹੈ, ਕਿਉਂਕਿ ਜੋਤਿਸ਼ ਸ਼ਾਸਤਰ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਨੂੰ ਆਪਾਂ ਉਪਾਅ ਕਰਕੇ ਬਦਲ ਨਾ ਸਕੀਏ। ਕਈ ਲੋਕਾਂ ਨੂੰ ਤੁਸੀਂ ਕਹਿੰਦੇ ਸੁਣਿਆ ਹੋਏਗਾ ਕਿ ਸਾਡੀ ਤਾਂ ਕਿਸਮਤ ਹੀ ਇਸ ਤਰ੍ਹਾਂ ਦੀ ਹੈ, ਸਾਡਾ ਤਾਂ ਭਾਗ ਹੀ ਇਸ ਤਰ੍ਹਾਂ ਦਾ ਹੈ, ਸਾਹਮਣੇ ਵਾਲੇ ਨੂੰ ਤਾਂ ਦੇਖੋ ਉਹਦਾ ਕਿਸਮਤ ਕਿੰਨੀ ਅੱਛੀ ਹੈ, ਉਹਦਾ ਭਾਗ ਕਿੰਨਾ ਅੱਛਾ ਹੈ, ਉਹ ਕਿਸੇ ਵੀ ਕੰਮ ਨੂੰ ਹੱਥ ਲਗਾਉਂਦਾ ਹੈ ਤਾਂ ਸੋਨਾ ਬਣ ਜਾਂਦਾ ਹੈ, ਇਸ ਤਰ੍ਹਾਂ ਤੁਸੀਂ ਕਹਿੰਦੇ ਹੋਏ ਸੁਣਿਆ ਹੋਏਗਾ ਜਾਂ ਤੁਸੀਂ ਆਪ ਵੀ ਕਹਿੰਦੇ ਹੋਵੋਗੇ। ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਜੋ ਸਾਡਾ ਭਾਗ ਹੁੰਦਾ ਹੈ ਉਹ ਸਾਡੇ ਨੌਵੇਂ ਨਵਮ ਘਰ ਦੇ ਭਾਵ ਨਾਲ ਕਨੈਕਟਿਡ ਹੁੰਦਾ ਹੈ। ਠੀਕ ਹੈ, ਜੇ ਸਾਡਾ ਨੌਵਾਂ ਘਰ ਜਿਹੜਾ ਹੁੰਦਾ ਹੈ, ਨੌਵਾਂ ਭਾਵ ਹੁੰਦਾ ਹੈ, ਜੇ ਉਹ ਸਾਡਾ ਸਟਰੋਂਗ ਹੋਏਗਾ, ਮਜ਼ਬੂਤ ਹੋਏਗਾ, ਉੱਚਾ ਹੋਏਗਾ ਤਾਂ ਸਾਡੀ ਕਿਸਮਤ ਸਾਡਾ ਸਾਥ ਦਿੰਦੀ ਹੈ। ਜੇ ਉਹ ਥੋੜਾ ਕਮਜ਼ੋਰ ਹੋਏਗਾ, ਨੀਚਦਾ ਹੋਏਗਾ ਤਾਂ ਉਹ ਸਾਡੀ ਕਿਸਮਤ ਉੱਥੇ ਸਾਥ ਨਹੀਂ ਦਿੰਦੀ ਹੈ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਆਪਣੇ ਨੌਵੇਂ ਘਰ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ, ਬੜੀ ਹੀ ਛੋਟੀ ਜਿਹੀ ਤੇ ਸਿੰਪਲ ਜਿਹੀ ਚੀਜ਼ ਹੈ ਜੋ ਕਿ ਤੁਹਾਨੂੰ ਕੋਈ ਨਹੀਂ ਦੱਸਦਾ ਹੋਏਗਾ, ਪਰ ਮੈਂ ਤੁਹਾਨੂੰ ਦੱਸਾਂਗੀ, ਕਿਉਂਕਿ ਸਾਡਾ ਮਕਸਦ ਹੈ, ਸਾਡੀ ਸਾਰੀ ਫੈਮਿਲੀ ਜੋ ਮੇਰੀ ਯੂਟਿਊਬ ਦੀ ਪਿਆਰੀ ਫੈਮਿਲੀ ਬਣ ਗਈ ਹੈ, ਹਰ ਇੱਕ ਦੇ ਘਰ ਵਿੱਚੋਂ ਪਰੇਸ਼ਾਨੀਆਂ ਦੂਰ ਹੋ ਜਾਣ। ਬੜਾ ਹੀ ਸਿੰਪਲ ਤੇ ਸਰਲ ਉਪਾਅ ਹੈ ਜੋ ਕਿ ਮੈਂ ਅੱਜ ਤੁਹਾਨੂੰ ਦੱਸਾਂਗੀ, ਇਸ ਕਰਕੇ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹਿਣਾ ਹੈ। ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ। ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰੋ ਜੀ। ਤੇ ਸਭ ਤੋਂ ਪਹਿਲੇ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਕਿ ਕਿਸਮਤ, ਭਾਗ, ਜੋ ਕਿ ਅਸੀਂ ਅੱਜ ਆਪਣਾ ਇਹ ਉਪਾਅ ਕਰਕੇ, ਠੀਕ ਹੈ, ਇਹ ਉਪਾਅ ਕਰਕੇ ਬਦਲ ਸਕਦੇ ਹਾਂ। ਕਰਨਾ ਕੀ ਹੈ, ਅਸੀਂ ਆਪਣੀ ਜਨਮ ਤਾਰੀਖ ਲੈਣੀ ਹੈ। ਤੁਹਾਨੂੰ ਪਤਾ ਹੈ ਕਿ ਜਿਹੜੀ ਸਾਡੀ ਜਨਮ ਤਾਰੀਖ ਹੁੰਦੀ ਹੈ ਨਾ, ਜਿਸ ਡੇਟ ਨੂੰ ਅਸੀਂ ਪੈਦਾ ਹੋਏ ਹੁੰਦੇ ਹਾਂ, ਉਹ ਬਹੁਤ ਜ਼ਿਆਦਾ ਸਾਡੇ ਜੀਵਨ ਵਿੱਚ ਇੰਪੋਰਟੈਂਟ ਹੁੰਦੀ ਹੈ, ਕਿਉਂਕਿ ਉਹ ਸਾਡੀ ਡੇਟ ਆਫ ਬਰਥ, ਜਨਮ ਤਾਰੀਖ ਦੇ ਉੱਪਰ ਹੀ ਡਿਪੈਂਡ ਕਰਦਾ ਹੈ ਕਿ ਸਾਡਾ ਅੱਗੇ ਦਾ ਫਿਊਚਰ ਕਿਸ ਤਰ੍ਹਾਂ ਦਾ ਹੋਏਗਾ, ਜਾਂ ਪਾਸਟ ਕਿਸ ਤਰ੍ਹਾਂ ਦਾ ਰਿਹਾ ਸੀ, ਜਾਂ ਹੁਣ ਪ੍ਰੈਜੈਂਟ ਜੋ ਚੱਲ ਰਿਹਾ ਹੈ, ਉਹ ਸਭ ਇਹ ਜਨਮ ਤਾਰੀਖ ਦੇ ਅੰਦਰ ਹੀ ਸਭ ਪਤਾ ਚੱਲ ਸਕਦਾ ਹੈ। ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਅਸੀਂ ਕੀ ਕਰਾਂਗੇ, ਆਪਣੀ ਡੇਟ ਆਫ ਬਰਥ ਤੁਹਾਡੀ ਸਾਰਿਆਂ ਦੀ ਜ਼ਰੂਰੀ ਹੋਣੀ ਚਾਹੀਦੀ ਹੈ। ਕਈ ਲੋਕ ਕਹਿੰਦੇ ਹਨ ਕਿ ਸਾਨੂੰ ਆਪਣੀ ਡੇਟ ਆਫ ਬਰਥ ਪਤਾ ਨਹੀਂ ਹੈ। ਜ਼ਰੂਰ ਪਹਿਲੇ ਤਾਂ ਤੁਹਾਨੂੰ ਡੇਟ ਆਫ ਬਰਥ ਪਤਾ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਆਪਣੀ ਕਿਸਮਤ ਬਦਲੋਗੇ ਨਾ। ਠੀਕ ਹੈ, ਜੇ ਤੁਹਾਨੂੰ ਆਪਣਾ ਜਨਮ ਹੀ ਨਹੀਂ ਪਤਾ ਕਦੋਂ ਤੁਸੀਂ ਪੈਦਾ ਹੋਏ ਹੋ, ਤਾਂ ਤੁਹਾਡੀ ਕਿਸਮਤ, ਤੁਹਾਡਾ ਭਾਗ ਕਿਸ ਵੇਲੇ ਰੱਬ ਨੇ ਲਿਖ ਕੇ ਤੁਹਾਨੂੰ ਉਸ ਡੇਟ ਤੇ ਭੇਜਿਆ ਸੀ, ਜੇ ਤੁਹਾਨੂੰ ਉਹੀ ਨਹੀਂ ਪਤਾ ਤਾਂ ਤੁਸੀਂ ਕੀ ਕਰ ਸਕਦੇ ਹੋ ਜ਼ਿੰਦਗੀ ਵਿੱਚ। ਇਸ ਕਰਕੇ ਕੋਈ ਵੀ ਕੋਸ਼ਿਸ਼ ਕਰੋ ਆਪਣੇ ਮਾਂ ਪਿਓ ਨੂੰ, ਜਾਂ ਉਹਨਾਂ ਨੇ ਤੁਹਾਡਾ ਸਕੂਲ ਦਾ ਬਰਥ ਸਰਟੀਫਿਕੇਟ ਹੋਏਗਾ, ਕੁਛ ਵੀ ਹੋਏਗਾ, ਉਸਦੇ ਵਿੱਚ ਡੇਟ ਆਫ ਬਰਥ ਜ਼ਰੂਰ ਹੁੰਦੀ ਹੈ। ਤੇ ਚਲੋ ਜੀ, ਇਹ ਹੁਣ ਅਲੱਗ ਟੌਪਿਕ ਹੋ ਗਿਆ, ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲੇ ਤੁਸੀਂ ਡੇਟ ਆਫ ਬਰਥ ਲੈ ਲਓ, ਠੀਕ ਹੈ, ਆਪਣੀ ਜਨਮ ਤਾਰੀਖ ਲੈ ਲਓ। ਡੇ ਵੀ ਸਾਨੂੰ ਚਾਹੀਦਾ, ਮਹੀਨਾ ਵੀ ਚਾਹੀਦਾ, ਸਾਲ ਵੀ ਚਾਹੀਦਾ, ਸਾਰਿਆਂ ਦਾ ਤੁਸੀਂ ਟੋਟਲ ਕਰ ਲਓ, ਠੀਕ ਹੈ। ਹੁਣ ਤੁਸੀਂ ਇਹਨਾਂ ਸਮਝਣਾ, ਕਈ ਤਾਂ ਅੱਧੇ ਭੱਜ ਜਾਣਗੇ ਇੰਨਾ ਹੀ ਸੁਣ ਕੇ ਕਿ ਅੱਛਾ ਇਹਨਾਂ ਦਾ ਟੋਟਲ ਕਰਕੇ ਉਹ ਮੈਡਮ ਦੱਸਣ ਵਾਲੀ ਹੈ। ਬਿਲਕੁਲ ਨਿਊ ਵੀਡੀਓ ਹੈ, ਇਕਦਮ ਨਵਾਂ ਉਪਾਅ ਤੁਹਾਨੂੰ ਦੱਸਣ ਵਾਲੀ ਹਾਂ, ਕਿਉਂਕਿ ਦੇਖੋ ਤੁਹਾਨੂੰ ਮੈਂ ਹਮੇਸ਼ਾ ਕਹਿੰਦੀ ਹਾਂ, ਉਪਾਅ ਸਾਡੇ ਕੋਲ ਲੱਖੋ ਹਜ਼ਾਰੋ ਲੱਖੋ ਉਪਾਅ ਹਨ, ਤੇ ਇਕਦਮ ਹੌਲੀ ਹੌਲੀ ਕਰਕੇ ਦਿੰਦੇ ਹਾਂ। ਇੱਕ
ਚੀਜ਼ ਦੇ ਉੱਤੇ, ਇੱਕ ਟੌਪਿਕ ਦੇ ਉੱਤੇ ਹਜ਼ਾਰੋਂ ਉਪਾਅ ਹਨ। ਠੀਕ ਹੈ, ਕਿਹੜਾ ਉਪਾਅ ਕਿਸ ਨੂੰ ਕਲਿੱਕ ਕਰ ਜਾਵੇ ਇਹ ਤੁਹਾਡੀ ਕਿਸਮਤ 'ਤੇ ਡਿਪੈਂਡ ਕਰਦਾ ਹੈ। ਠੀਕ ਹੈ, ਕੀ ਕਰਨਾ ਹੈ, ਤੁਸੀਂ ਸਭ ਤੋਂ ਪਹਿਲੇ ਆਪਣੀ ਜਨਮ ਤਾਰੀਖ ਲੈ ਲਓ, ਉਸ ਦਾ ਟੋਟਲ ਕਰ ਲਓ, ਸਮਝ ਲਓ ਉਸ ਦਾ ਟੋਟਲ ਆਇਆ ਹੈ 24। ਠੀਕ ਹੈ, ਤੁਹਾਨੂੰ ਪਤਾ ਹੈ ਦੋ ਅੰਕ ਕਦੀ ਵੀ ਜੋਤਿਸ਼ ਸ਼ਾਸਤਰ ਵਿੱਚ ਨਹੀਂ ਹੁੰਦੇ, ਆਪਾਂ ਉਸਨੂੰ ਇੱਕ ਬਣਾਉਣਾ ਹੈ। 24 ਨੂੰ ਇੱਕ ਕਿਵੇਂ ਬਣਾਉਣਾ ਹੈ ਹੁਣ ਤੱਕ ਤੁਹਾਨੂੰ ਸਮਝ ਆ ਗਿਆ ਹੋਏਗਾ। ਠੀਕ ਹੈ, 24 ਦਾ ਟੋਟਲ ਹੋਏਗਾ 2 + 4 = 6। ਠੀਕ ਹੈ, ਇਹ ਨੰਬਰ ਹੋ ਗਿਆ ਤੁਹਾਡਾ 6 ਨੰਬਰ ਜਿਹੜਾ ਹੋ ਗਿਆ ਤੁਹਾਡੀ ਜਨਮ ਤਾਰੀਖ ਨੂੰ ਬਦਲਣ, ਤੁਹਾਡੀ ਜਨਮ ਤਾਰੀਖ ਦਾ ਲੱਕੀ ਨੰਬਰ, ਤੁਹਾਡੀ ਕਿਸਮਤ ਨੂੰ ਬਦਲਣ ਵਾਲਾ ਨੰਬਰ 6 ਆ ਗਿਆ, ਸਮਝ ਲਓ। ਠੀਕ ਹੈ, ਹੁਣ 6 ਨੰਬਰ ਜੋ ਹੈ ਤੁਸੀਂ ਕੀ ਕਰਨਾ ਹੈ, ਇਸ ਨੂੰ ਪੂਰਾ ਇੱਕ ਇਸ ਤਰ੍ਹਾਂ ਦਾ, ਜੋ ਮੈਂ ਸਕੁਅਰ ਤੁਹਾਨੂੰ ਦਿਖਾ ਰਹੀ ਹਾਂ ਵੀਡੀਓ ਦੀ ਸਕਰੀਨ ਤੇ, ਇਸ ਤਰ੍ਹਾਂ ਦਾ ਇੱਕ ਕਾਗਜ਼ ਤੇ ਤੁਸੀਂ ਇਹ ਸਕੁਅਰ ਤੇ ਇਹ ਲਾਈਨਾਂ ਖਿੱਚ ਕੇ 9 ਖਾਨੇ ਬਣਾ ਲੈਣੇ ਹਨ, ਕਿਉਂਕਿ ਦੇਖੋ ਸਾਡੇ 9 ਗ੍ਰਹਿ ਹੁੰਦੇ ਹਨ। ਨਾਲ ਦੇ ਨਾਲ ਅਸੀਂ ਕੀ, ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਚ ਦੱਸਿਆ ਹੈ ਕਿ ਸਾਡੀ ਕਿਸਮਤ, ਸਾਡਾ ਭਾਗ ਕਿਹੜੇ ਭਾਵ ਨਾਲ ਸੰਬੰਧ, ਕਿਹੜੇ ਹਾਊਸ ਨਾਲ ਸੰਬੰਧ ਰੱਖਦਾ ਹੈ, ਨਵਮ, 9ਵੇਂ ਘਰ ਨਾਲ। ਤੇ ਅਸੀਂ ਇੱਥੇ ਬਣਾ ਲਿੱਤੇ ਹਨ 9 ਡੱਬੇ। ਠੀਕ ਹੈ, 9 ਡੱਬੇ ਵਿੱਚ ਅਸੀਂ ਆਪਣੀ ਜਨਮ ਤਾਰੀਖ ਦਾ ਲੱਕੀ ਨੰਬਰ ਭਰ ਦੇਵਾਂਗੇ। ਹਰ ਇੱਕ ਦੇ ਵਿੱਚ ਸਮਝ ਲਓ ਤੁਹਾਡਾ 6 ਆਇਆ ਹੈ, 6 6 6 6, ਪੂਰੇ 9 ਖਾਨਿਆਂ ਵਿੱਚ ਭਰ ਦਿੱਤਾ। ਸਭ ਦਾ ਅਲੱਗ ਅਲੱਗ ਆਏਗਾ, ਸਭ ਦੀ ਡੇਟ ਆਫ ਬਰਥ ਅਲੱਗ ਅਲੱਗ ਹੋਏਗੀ, ਤੇ ਜਿਸ ਦਾ ਜੋ ਵੀ ਆਏਗਾ, ਕਿਸੇ ਦਾ 4 ਆ ਗਿਆ, ਕਿਸੇ ਦਾ 7 ਆ ਗਿਆ, 8 ਆ ਗਿਆ, ਜਿਸ ਦਾ ਜੋ ਨੰਬਰ ਆਏਗਾ ਨਾ ਲੱਕੀ ਨੰਬਰ, ਉਹ ਤੁਸੀਂ 9 ਖਾਨਿਆਂ ਵਿੱਚ ਭਰ ਦੇਣਾ ਹੈ। ਠੀਕ ਹੈ, ਕਿਸ ਦਾ ਕਿਹੜਾ ਕਿਹੜਾ ਨੰਬਰ ਆਏਗਾ ਇਹ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾਂਗੀ, ਜਿਨ੍ਹਾਂ ਨੂੰ ਸਮਝ ਨਹੀਂ ਆਉਂਦਾ ਹੈ, ਜੋ ਮੈਨੂੰ ਬਾਅਦ ਚੋਂ ਕਮੈਂਟ ਵਿੱਚ ਪੁੱਛਦੇ ਹਨ ਕਿ ਸਾਡਾ ਤਾਂ ਇਹ ਆਇਆ ਹੈ, ਇਹਦਾ ਕੀ ਨੰਬਰ ਬਣੇਗਾ, ਮੈਂ ਤੁਹਾਨੂੰ ਦੱਸਾਂਗੀ। ਇਸ ਕਰਕੇ ਕਿਹਾ ਹੈ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ। ਪਹਿਲੇ ਇਹ ਦੱਸ ਦਿੰਦੀ ਹਾਂ ਕਿ ਉਪਾਅ ਨੂੰ ਕੰਪਲੀਟ ਕਿਵੇਂ ਕਰਨਾ ਹੈ। ਐਗਜ਼ਾਮਪਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ 6 6 6 ਆਏਗਾ। ਇਸ ਤੋਂ ਬਾਅਦ ਤੁਸੀਂ ਇਸ ਪਰਚੀ ਨੂੰ ਕੀ ਕਰਨਾ ਹੈ, ਆਪਣੀ ਪਾਠ ਪੂਜਾ ਵਾਲੇ ਸਥਾਨ ਤੇ। ਅੱਛਾ, ਇੱਥੇ ਇਹ ਵੀ ਹੈ ਕਿ ਕਈ ਲੋਕ ਕਹਿੰਦੇ ਹਨ ਸਾਡੇ ਕੋਲ ਪਾਠ ਪੂਜਾ ਵਾਲਾ ਤੇ ਸਥਾਨ ਨਹੀਂ ਹੈ। ਤਾਂ ਦੇਖੋ, ਪਾਠ ਪੂਜਾ ਵਾਲਾ ਸਥਾਨ ਨਹੀਂ ਹੈ ਤਾਂ ਕੋਈ ਗੱਲ ਨਹੀਂ, ਕਿਧਰੇ ਤਾਂ ਤੁਸੀਂ ਆਪਣਾ ਜੋ ਪਾਠ ਕਰਦੇ ਹੋ ਉਧਰ ਕਿਸੇ ਸਾਫ਼ ਸੁਥਰੀ ਜਗ੍ਹਾ ਤਾਂ ਬਣਾਈ ਹੋਏਗੀ, ਜਿੱਥੇ ਤੁਸੀਂ ਆਪਣੇ ਜੋ ਸਾਡੇ ਗ੍ਰੰਥ ਹੁੰਦੇ ਹਨ, ਜੋ ਸਾਡੇ ਪਾਠ ਕਰਨ ਦਾ ਗੁਟਕਾ ਹੁੰਦਾ ਹੈ, ਉਹ ਅਸੀਂ ਰੱਖਦੇ ਹਾਂ, ਸਾਫ਼ ਜਗ੍ਹਾ ਤਾਂ ਹੋਏਗੀ ਨਾ, ਉੱਥੇ ਤੁਸੀਂ ਇਸ ਕਾਗਜ਼ ਨੂੰ ਰੱਖ ਦੇਣਾ ਹੈ, ਜਿਨ੍ਹਾਂ ਦੇ ਕੋਲ ਪਾਠ ਪੂਜਾ ਵਾਲਾ ਸਥਾਨ ਨਹੀਂ ਹੈ। ਜਿਨ੍ਹਾਂ ਕੋਲ ਹੈ ਉਹ ਤਾਂ ਸਭ ਤੋਂ ਬੈਸਟ ਹੈ, ਉੱਥੇ ਤੁਸੀਂ ਇਹ ਕਾਗਜ਼ ਜਿਹੜਾ, ਇਸ ਨੂੰ ਹੁਣ ਤੁਸੀਂ ਕਾਗਜ਼ ਨਹੀਂ ਕਹਿਣਾ, ਇਹ ਇੱਕ ਐਸਾ ਯੰਤਰ ਬਣ ਗਿਆ ਹੈ ਜੋ ਤੁਹਾਡੀ ਕਿਸਮਤ ਨੂੰ ਬਦਲਣ ਵਾਲਾ ਹੈ। ਅਸੀਂ ਇਹ ਨਵਾਂ ਘਰ, ਜਿਹੜਾ ਨਵਾਂ ਘਰ ਦਾ ਮੈਂ ਤੁਹਾਨੂੰ ਦੱਸਿਆ ਨਾ, ਇਸ ਨੂੰ ਮਜ਼ਬੂਤ ਕਰ ਦੇਗਾ, ਇਹ ਇੱਥੇ ਪਿਆ ਰਹੇਗਾ ਪਾਠ ਪੂਜਾ ਵਾਲੇ ਸਥਾਨ ਤੇ। ਠੀਕ ਹੈ, ਜੇ ਜਿਵੇਂ ਤੁਸੀਂ, ਹੋ ਸਕਦਾ ਹੈ ਕਿ ਤੁਸੀਂ ਕੋਈ ਉੜ ਜਾਏਗਾ ਜਾਂ ਪਾਣੀ ਪੂਣੀ ਪੈ ਜਾਏਗਾ ਤਾਂ ਮਿਟ ਨਾ ਜਾਵੇ, ਕੁਛ ਨਾ ਕਰੇ, ਤਾਂ ਤੁਸੀਂ ਇਸ ਨੂੰ ਲੈਮੀਨੇਸ਼ਨ ਵੀ ਕਰਵਾ ਸਕਦੇ ਹੋ ਜਾਂ ਕਿਸੇ ਪਲਾਸਟਿਕ ਦੇ ਕਾਗਜ਼ 'ਚ ਪਾ ਕੇ ਵੀ ਇਸ ਨੂੰ ਸੰਭਾਲ ਕੇ ਰੱਖ ਸਕਦੇ ਹੋ। ਇਸ ਦੇ ਨਾਲ ਕੀ ਹੋਏਗਾ, ਤੁਹਾਡੇ ਜਿਹੜਾ ਨਵਾਂ ਘਰ ਮਜ਼ਬੂਤ ਹੋ ਜਾਏਗਾ, ਤੁਹਾਡੇ ਕਿਸਮਤ ਦਾ ਘਰ ਮਜ਼ਬੂਤ ਜਦੋਂ ਹੋਏਗਾ ਤਾਂ ਕੋਈ ਦੁਨੀਆਂ ਦੀ ਕੋਈ ਐਸੀ ਤਾਕਤ ਨਹੀਂ ਜੋ ਤੁਹਾਨੂੰ ਪਰੇਸ਼ਾਨ ਕਰ ਸਕੇ, ਦੁਨੀਆਂ ਦੀ ਕੋਈ ਐਸੀ ਤਾਕਤ ਨਹੀਂ ਜੋ ਤੁਹਾਡੇ ਬਣਦੇ ਬਣਦੇ ਕੰਮਾਂ ਨੂੰ ਵਿਗਾੜ ਸਕੇ। ਹਰ ਇੱਕ ਕੰਮ ਹੋਏਗਾ, ਹਰ ਇੱਕ ਤਰੱਕੀ ਤੇ ਜਾਓਗੇ, ਹਰ ਇੱਕ ਕੰਮ ਨੂੰ ਤੁਸੀਂ ਵੀ ਹੱਥ ਲਗਾਓਗੇ ਤਾਂ ਸੋਨਾ ਬਣ ਜਾਏਗਾ, ਤੁਹਾਡੀ ਕਿਸਮਤ ਜਾਗ ਜਾਏਗੀ, ਤੁਹਾਡਾ ਲੱਕ ਜਾਗ ਜਾਏਗਾ, ਲੱਕ ਤੁਹਾਡਾ ਐਕਟੀਵੇਟ ਹੋ ਜਾਏਗਾ, ਐਕਟਿਵ ਹੋ ਜਾਏਗਾ। ਚਾਹੋ
ਤਾਂ ਇਸ ਨੂੰ ਤੁਸੀਂ ਦੋ ਕਾਗਜ਼ ਵੀ ਬਣਾ ਸਕਦੇ ਹੋ, ਇਸ ਨੂੰ ਆਪਣੇ ਹਮੇਸ਼ਾ ਆਪਣੇ ਪਰਸ ਵਿੱਚ ਵੀ ਰੱਖ ਸਕਦੇ ਹੋ ਤੇ ਇੱਕ ਨੂੰ ਆਪਣੀ ਪਾਠ ਪੂਜਾ ਵਾਲੇ ਸਥਾਨ ਤੇ ਰੱਖੋ, ਇੱਕ ਨੂੰ ਆਪਣੇ ਪਰਸ ਵਿੱਚ ਰੱਖੋ। ਬਣਾਉਣਾ ਕਿਵੇਂ ਹੈ? ਹਰੇ ਰੰਗ ਦੇ ਨਾਲ ਬਣਾਉਣਾ ਹੈ ਇਹ ਜਿਹੜਾ ਤੁਸੀਂ ਯੰਤਰ ਬਣਾਉਣਾ ਹੈ, ਤੇ ਕਰਕੇ ਦੇਖਣਾ ਕਿ ਹੁਣ ਤੁਹਾਡੀ ਕੁੰਡਲੀ ਵਿੱਚ ਹੈ, ਹੈ ਨਾ। ਤੁਸੀਂ ਕਿਸੇ ਨੂੰ ਕੁੰਡਲੀ ਦਿਖਾਓਗੇ, ਉਹ ਕਹੇਗਾ ਤੁਹਾਡਾ ਨਵਾਂ ਘਰ ਜਿਹੜਾ ਕਿਸਮਤ ਦਾ ਘਰ ਹੈ ਉਹ ਤੁਹਾਡਾ ਕਮਜ਼ੋਰ ਹੈ, ਇਹ ਕਰੋ ਇੰਨੇ ਪੈਸੇ ਦਿਓ। ਪਰ ਆਪਾਂ ਤਾਂ ਤੁਹਾਨੂੰ ਬਿਲਕੁਲ ਫ੍ਰੀ ਵਿੱਚ ਦੱਸ ਰਹੇ ਹਾਂ, ਇਸ ਤਰ੍ਹਾਂ ਨੌ ਖਾਨੇ ਬਣਾ ਕੇ ਆਪਣੀ ਡੇਟ ਆਫ ਬਰਥ ਦਾ ਟੋਟਲ ਕਰਕੇ ਭਰ ਲਵੋ ਤੇ ਤੁਹਾਡੀ ਕਿਸਮਤ ਬਦਲੇਗੀ ਹੀ ਬਦਲੇਗੀ, ਠੀਕ ਹੈ। ਇਹ ਤਾਂ ਹੋ ਗਿਆ, ਹੁਣ ਉਪਾਅ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਏਗਾ। ਆਪਾਂ ਐਗਜ਼ਾਮਪਲ ਦੇ ਤੌਰ ਤੇ ਇੱਕ ਜਨਮ ਤਾਰੀਖ ਲੈ ਲੈਂਦੇ ਹਾਂ, ਸਮਝ ਲਓ 22/12/1990, ਤੇ ਇਹਦਾ ਆਪਾਂ ਸਭ ਜੋੜ ਕਰਾਂਗੇ ਇਹਨਾਂ ਦਾ ਤਾਂ ਉਹ ਆ ਜਾਏਗਾ 26, ਤੇ 26 ਨੂੰ ਦੋ ਅੰਕ ਆਏ ਨਾ 26, ਤੇ ਆਪਾਂ ਇਹਨਾਂ ਦੋਨਾਂ ਦਾ ਇੱਕ ਅੰਕ ਬਣਾਉਣਾ ਤੇ ਇਹਨਾਂ ਦੋਨਾਂ ਦਾ ਜੋੜ ਕਰ ਦਾਂਗੇ ਤੇ ਆ ਗਿਆ 8, 8 ਬਣ ਗਿਆ ਸਾਡਾ ਲੱਕੀ ਨੰਬਰ, ਤੇ ਉਹ 8 ਨੰਬਰ ਤੁਸੀਂ 9 ਖਾਨਿਆਂ ਵਿੱਚ ਭਰ ਦੇਣਾ ਹੈ। ਇਸ ਤਰ੍ਹਾਂ ਤੁਹਾਡੇ ਹੁਣ ਜਿਨ੍ਹਾਂ ਦਾ ਜਨਮ ਤਾਰੀਖ ਦਾ ਜੋੜ ਇੱਕ ਵਿੱਚ ਹੀ ਆਏਗਾ, ਜਿਸ ਤਰ੍ਹਾਂ 1, 2, 3, 4, 5, 6, 7, 8, 9 ਇੱਕ ਅੰਕ ਵਿੱਚ ਹੀ ਆਏਗਾ ਤਾਂ ਕੋਈ ਪ੍ਰੋਬਲਮ ਨਹੀਂ ਹੈ। ਜਿਨ੍ਹਾਂ ਦਾ ਉਸ ਤੋਂ ਬਾਅਦ ਦੋ ਅੰਕਾਂ ਵਿੱਚ ਆਉਂਦਾ ਹੈ ਤੇ ਦੋ ਅੰਕਾਂ ਦਾ ਜੋੜ ਕਰਕੇ ਤੁਹਾਡਾ ਲੱਕੀ ਨੰਬਰ ਬਣ ਜਾਏਗਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਅੱਛੀ ਤਰ੍ਹਾਂ ਸਮਝ ਆ ਗਿਆ ਹੋਏਗਾ। ਜੇ ਨਹੀਂ ਵੀ ਆਇਆ ਤਾਂ ਮੈਂ ਬੈਠੀ ਹਾਂ, ਤੁਸੀਂ ਮੈਨੂੰ ਕਮੈਂਟ ਵਿੱਚ ਆਪਣਾ ਕਨਫਿਊਜ਼ਨ ਪੁੱਛ ਸਕਦੇ ਹੋ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।